Amazon FBA Shopify eBay ਤੇ ਟ੍ਰੇਡਿੰਗ ਦੇ ਰਿਲੇਟਡ ਅੱਜ ਪੂਰੀਆਂ ਗੱਲਾਂ ਕਰਾਂਗੇ। ਬਹੁਤ ਸਾਰੇ ਵੀਰਾਂ ਦੇ ਸਵਾਲ ਨੇ, ਉਹਨਾਂ ਸਾਰਿਆਂ ਸਵਾਲਾਂ ਦੇ ਜਵਾਬ ਦਵਾਂਗਾ, ਜਿਸ ਦੇ ਵਿੱਚ Amazon ਦੇ ਰਿਲੇਟਡ ਸਵਾਲ ਨੇ, Shopify ਦੇ ਰਿਲੇਟਡ ਸਵਾਲ ਨੇ, eBay ਦੇ ਰਿਲੇਟਡ ਸਵਾਲ ਨੇ ਤੇ ਟ੍ਰੇਡਿੰਗ ਦੇ ਰਿਲੇਟਡ ਸਵਾਲ ਨੇ। ਇਹਨਾਂ ਵਿੱਚੋਂ ਜਿੰਨੇ ਵੀ ਮੈਨੂੰ ਕੁਐਸਚਨ ਆਏ ਨੇ, ਕੋਸ਼ਿਸ਼ ਕਰਾਂਗਾ ਕਿ ਸਾਰਿਆਂ ਦੇ ਤੁਹਾਨੂੰ ਜਵਾਬ ਇਸ ਵੀਡੀਓ ਦੇ ਵਿੱਚ ਹੀ ਦੇ ਸਕਾਂ। ਅਤੇ ਤੁਸੀਂ ਜੇ ਕੋਈ ਕੰਮ ਕਰਨਾ ਚਾਹੁੰਦੇ ਹਾਂ, ਚਾਹੇ Amazon ਦੇ ਨਾਲ, ਚਾਹੇ Shopify ਦੇ ਨਾਲ, ਚਾਹੇ ਹੋਰ ਟ੍ਰੇਡਿੰਗ eBay, ਤੇ ਤੁਸੀਂ ਸਟਾਰਟ ਕਰ ਸਕੋ। ਸਭ ਤੋਂ ਪਹਿਲਾ ਸਵਾਲ Shopify ਦੇ ਰਿਲੇਟਡ ਸ਼ਾਨੂ ਸ਼ਾਹਿਦ ਭਰਾ ਦਾ ਹੈਗਾ ਸਵਾਲ। ਉਹਨਾਂ ਨੇ ਪੁੱਛਿਆ ਕਿ ਜਿਹੜੇ ਪ੍ਰੋਡਕਟ Shopify ਦੇ ਉੱਤੇ ਉਹ ਲੈ ਕੇ ਆਉਂਦੇ ਆ, ਉਹਨਾਂ ਦੇ ਲਈ ਉਹਨਾਂ ਨੇ ਟ੍ਰੈਫਿਕ ਕਿੱਥੋਂ ਲੈ ਕੇ ਆਉਣਾ ਅਤੇ ਉਹ ਪ੍ਰੋਡਕਟ ਸੇਲ ਕਿਵੇਂ ਕਰਨੇ। ਸਭ ਤੋਂ ਪਹਿਲੀ ਗੱਲ, ਜਦੋਂ ਤੁਸੀਂ Shopify ਦੇ ਉੱਤੇ ਆਪਣਾ ਅਕਾਊਂਟ ਬਣਾ ਲੈਂਦੇ ਆ, ਉਸ ਤੋਂ ਬਾਅਦ ਜਦੋਂ ਤੁਸੀਂ ਪ੍ਰੋਡਕਟ ਡਰੋਪਸ਼ਿਪ ਕਰਦੇ ਆ, ਕਿਸੇ ਵੀ ਕੰਟਰੀ ਦੇ ਵਿੱਚੋਂ ਤੁਸੀਂ ਲੋਕਲ ਹੀ ਜਿਹੜੇ ਆ ਸੈਲਰ ਲੱਭ ਸਕਦੇ ਆ। ਜੇ ਤੁਸੀਂ ਇਹ ਵੀਡੀਓ ਮੇਰੀ ਨਹੀਂ ਦੇਖੀ ਤਾਂ ਦੇਖ ਸਕਦੇ ਆ। ਉਸ ਦੇ ਨਾਲ ਜਦੋਂ ਪ੍ਰੋਡਕਟ ਤੁਸੀਂ ਆਪਣੇ ਸਟੋਰ ਦੇ ਉੱਤੇ ਡਰੋਪਸ਼ਿਪ ਕਰਦੇ ਹੋ, ਉਸ ਤੋਂ ਬਾਅਦ ਸਭ ਤੋਂ ਸਿੰਪਲ ਤਰੀਕਾ ਟ੍ਰੈਫਿਕ ਲੈ ਕੇ ਆਉਣ ਦੇ ਲਈ, ਤੁਸੀਂ ਸਭ ਤੋਂ ਜ਼ਿਆਦਾ ਟਿਕਟੋਕ ਯੂਜ਼ ਕਰ ਸਕਦੇ ਹੋ। ਟਿਕਟੋਕ ਦਾ ਐਲਗੋਰਿਦਮ ਇਸ ਤਰ੍ਹਾਂ ਦਾ, ਤੁਹਾਡੀ ਇੱਕ ਵੀਡੀਓ ਵਾਇਰਲ ਹੋ ਗਈ, ਉਸ ਤੋਂ ਬਾਅਦ ਤੁਹਾਡੀਆਂ ਲਗਾਤਾਰ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ। ਤੁਹਾਡੇ ਕੋਲ ਜਿਹੜਾ ਵੀ ਪ੍ਰੋਡਕਟ ਆ, ਤੁਸੀਂ ਆਪਣੇ ਡਰੋਪਸ਼ਿਪਰ ਤੋਂ ਇੱਕ ਪ੍ਰੋਡਕਟ ਮੰਗਾ ਸਕਦੇ ਆ, ਉਸ ਦੀਆਂ ਅਲੱਗ ਅਲੱਗ ਵੀਡੀਓ ਬਣਾਓ। ਜ਼ਰੂਰੀ ਨਹੀਂ ਤੁਸੀਂ ਆਪਣਾ ਫੇਸ ਦਿਖਾਲਣਾ, ਫੇਸ ਦਿਖਾਏ ਤੋਂ ਬਿਨਾਂ ਹੀ ਉਹ ਪ੍ਰੋਡਕਟ ਨੂੰ ਪ੍ਰਮੋਟ ਕਰੋ। ਬਹੁਤ ਸਾਰੀਆਂ ਸੇਲਸ ਜਿਹੜੀਆਂ ਟਿਕਟੋਕ ਤੋਂ ਤੁਹਾਨੂੰ ਆਉਣਗੀਆਂ ਅਤੇ 100% ਆਉਣਗੀਆਂ। ਟਿਕਟੋਕ ਜਿਹੜਾ ਆ Shopify ਜਾਂ eBay ਜਾਂ ਇਸ ਤਰ੍ਹਾਂ ਦੇ ਔਨਲਾਈਨ ਕੰਮ ਕਰਨ ਦੇ ਲਈ ਬਹੁਤ ਸਾਰੀਆਂ ਸੇਲਸ ਲਿਆਉਣ ਦੇ ਵਿੱਚ ਕਾਮਯਾਬ ਹੁੰਦਾ ਅਤੇ ਤੁਹਾਨੂੰ ਲਿਆ ਕੇ ਦਿੰਦਾ ਫ੍ਰੀ ਦੇ ਵਿੱਚ। ਤੁਸੀਂ ਵੀਡੀਓ ਬਣਾਓ, ਪੋਸਟ ਕਰੋ, ਤੁਹਾਡਾ ਕਸਟਮਰ ਤੁਹਾਡੇ ਤੱਕ ਆ ਪਾਏਗਾ। ਅਤੇ ਉਸ ਤੋਂ ਬਾਅਦ ਦੂਸਰਾ, ਉਸ ਦੇ ਵਿੱਚ ਤੁਸੀਂ ਜਿਹੜੀਆਂ ਟਿਕਟੋਕ ਦੀਆਂ ਐਡਸ ਜਾਂ ਫੇਸਬੁੱਕ ਐਡਸ ਜਾਂ ਇੰਸਟਾਗ੍ਰਾਮ ਐਡਸ ਜਾਂ ਸਨੈਪਚੈਟ ਐਡਸ ਇਹ ਲਗਾ ਸਕਦੇ ਹਾਂ, ਪਰ ਸਭ ਤੋਂ ਜ਼ਿਆਦਾ ਜਿਹੜਾ ਟ੍ਰੈਫਿਕ ਤੁਹਾਡੇ ਸਟੋਰ 'ਤੇ ਆਉਂਦਾ ਪੇਡ ਦੇ ਥਰੂ, ਉਹ ਫੇਸਬੁੱਕ ਜਾਂ ਗੂਗਲ ਦੇ ਥਰੂ ਆਉਂਦਾ। ਤੁਸੀਂ ਇੰਸਟਾ 'ਤੇ ਵੀ ਲਾ ਲਓ, ਇੰਸਟਾ 'ਤੇ ਕੰਪੀਟੀਸ਼ਨ ਬਹੁਤ ਆ, ਪਰ ਇਹ ਦੋਨੇ ਜਿਹੜੇ ਐਪਸ ਦੇ ਮੈਥਡ ਨੇ ਇਹ ਮਹਿੰਗੇ ਨੇ, ਪਰ ਇਸ ਦੇ ਵਿੱਚ ਤੁਹਾਡਾ ਪ੍ਰੋਡਕਟ ਵਿਕ ਵੀ ਜਾਂਦਾ ਅਤੇ ਵਿਕਣ ਦੇ ਬਾਅਦ ਤੁਹਾਨੂੰ ਪ੍ਰੋਫਿਟ ਜਿੰਨਾ ਵੀ ਹੁੰਦਾ ਉਹ ਤੁਹਾਡੇ ਪ੍ਰੋਡਕਟ ਦੀ ਕੁਆਲਿਟੀ ਅਤੇ ਤੁਹਾਡੇ ਸੇਲਸ 'ਤੇ ਡਿਪੈਂਡ। ਦੂਸਰਾ ਸਵਾਲ ਫਾਹਿਦ ਭਰਾ ਦਾ, ਕਿ ਕਿਹੜਾ ਕੋਇਨ ਇਸ ਟਾਈਮ ਤੁਸੀਂ ਲੈ ਸਕਦੇ। ਕ੍ਰਿਪਟੋ ਕਰੰਸੀ ਦੇ ਵਿੱਚ ਇਸ ਵੇਲੇ ਕਾਫੀ ਪੰਪ ਆਇਆ, ਖਾਸ ਕਰ ਜਿਹੜੇ 2-4 ਦਿਨ ਸੀ ਜਿਹਦੇ ਵਿੱਚ ਬਹੁਤ ਸਾਰੀਆਂ ਗੁੱਡ ਨਿਊਜ਼ ਬਿਟਕੋਇਨ ਦੇ ਕਰਕੇ। ਪਰ ਬਿਟਕੋਇਨ, ਅਥੀਰੀਅਮ ਜਾਂ ਕਡਾਨੋ ਜਾਂ XRP ਇਹ ਇਸ ਤਰ੍ਹਾਂ ਦੇ ਕੋਇਨ ਨੇ ਜਿਹੜੇ ਕਿ ਇਨ ਫਿਊਚਰ ਮੈਨੂੰ ਲੱਗਦਾ ਆਪਣੇ ਆਲ ਟਾਈਮ ਹਾਈ 'ਤੇ ਜਾਣਗੇ। ਜੇ ਕ੍ਰਿਪਟੋ ਕਰੰਸੀ ਨੂੰ ਕੋਈ ਕੰਟਰੀਆਂ ਰੈਗੂਲੇਟ ਕਰਦੀਆਂ, ਉਸ ਤੋਂ ਬਾਅਦ ਉਹ ਆਪਣਾ ਕੋਈ ਕੋਇਨ ਨਹੀਂ ਬਣਾਉਂਦੀਆਂ, ਤਾਂ ਬਿਟਕੋਇਨ ਜਾਂ ਅਥੀਰੀਅਮ ਦਾ ਪ੍ਰਾਈਸ ਹਮੇਸ਼ਾ ਹੀ ਗਰੋ ਕਰੇਗਾ। ਇਸ ਕਰਕੇ ਮੈਨੂੰ ਲੱਗਦਾ ਜੇ ਕੋਇਨ ਤੁਸੀਂ ਬਾਏ ਕਰਨੇ ਆ ਬਿਟਕੋਇਨ ਅਥੀਰੀਅਮ ਤੋਂ ਇਲਾਵਾ ਇਸ ਟਾਈਮ, ਕਿਉਂਕਿ ਮਾਰਕੀਟ ਦਾ ਇਸ ਟਾਈਮ ਪਤਾ ਨਹੀਂ ਕਿੱਧਰ ਨੂੰ ਜਾਣੀਆਂ, ਅਪ ਟ੍ਰੈਂਡ ਜਾਂ ਲੋ ਟ੍ਰੈਂਡ। ਇਸ ਕਰਕੇ ਜੇ ਇਹ ਦੋਨੇ ਬਾਏ ਕੀਤੇ ਹੋਣਗੇ, ਜੇ ਇਹ ਡਾਊਨ ਵੀ ਜਾਣਗੇ, ਉਸ ਤੋਂ ਬਾਅਦ ਤੁਸੀਂ ਡਾਲਰ ਕੋਸਟ ਐਵਰੇਜ ਕਰਕੇ ਦੁਬਾਰਾ ਖਰੀਦ ਸਕਦੇ ਹਾਂ, ਅਤੇ ਦੁਬਾਰਾ ਇਹ ਅਪ ਟ੍ਰੈਂਡ ਦੇ ਵਿੱਚ ਜਦੋਂ ਸਟਾਰਟ ਹੋਣਗੇ ਤਾਂ ਛੇਤੀ ਰਿਕਵਰ ਤੁਹਾਡਾ ਲੋਸ ਵੀ ਹੋ ਸਕਦਾ ਅਤੇ ਤੁਹਾਨੂੰ ਪ੍ਰੋਫਿਟ ਵੀ ਦੇ ਸਕਦੇ ਆ। ਸ਼ਾਰਟ ਟਰਮ ਦੇ ਵਿੱਚ ਜੇ ਤੁਸੀਂ ਟ੍ਰੇਡਿੰਗ ਇਨਵੈਸਟਿੰਗ ਕਰਨੀ ਆ, ਫਿਰ ਤੁਸੀਂ ਜਿਹੜੇ ਮਰਜ਼ੀ ਕੋਇਨ ਨੂੰ ਬਾਏ ਕਰਕੇ ਜਦੋਂ ਤੁਹਾਡਾ ਪ੍ਰੋਫਿਟ ਬਣਦਾ ਅਤੇ ਤੁਸੀਂ ਸੈਲ ਕਰ ਸਕਦੇ ਹੋ। ਉਸ ਤੋਂ ਬਾਅਦ ਤੀਸਰਾ ਸਵਾਲ ਡੋਫ ਫੋਰ ਦਾ ਸੀ, ਉਹਨਾਂ ਦਾ ਜਰਮਨੀ ਤੋਂ ਸਵਾਲ ਆ ਕਿ ਜਰਮਨੀ ਦੇ ਵਿੱਚ ਕ੍ਰਿਪਟੋ ਦੇ ਉੱਤੇ ਟੈਕਸ ਕਿੰਨਾ ਲੱਗਦਾ ਅਤੇ ਕਿਵੇਂ ਪੇ ਕਰਨਾ ਪੈਂਦਾ ਅਤੇ ਇਸ ਦਾ ਕੀ ਪ੍ਰੋਸੀਜਰ ਆ। ਜੇ ਤੁਸੀਂ ਜਰਮਨੀ ਦੇ ਵਿੱਚ ਕ੍ਰਿਪਟੋ ਬਾਏ ਕਰਦੇ ਆ ਕੋਈ ਵੀ ਕੋਇਨ, ਤਾਂ ਤੁਹਾਨੂੰ 600 ਯੂਰੋ ਤੱਕ ਫ੍ਰੀ ਆ ਇੱਕ ਸਾਲ ਦੇ ਵਿੱਚ। ਜੇ ਤੁਸੀਂ 600 ਯੂਰੋ ਪ੍ਰੋਫਿਟ ਬਣਾਉਂਦੇ ਆ, ਕੋਈ ਤੁਸੀਂ ਟੈਕਸ ਪੇ ਨਹੀਂ ਕਰਨਾ। ਪਰ ਜੇ ਤੁਸੀਂ 601 ਯੂਰੋ ਵੀ ਬਣਾ ਲੈਂਦੇ ਆ, 1 ਯੂਰੋ ਪ੍ਰੋਫਿਟ ਵੀ ਬਣਾ ਲੈਂਦੇ ਆ ਇੱਕ ਸਾਲ ਦੇ ਵਿੱਚ 600 ਤੋਂ ਵਾਧੂ, ਤਾਂ ਤੁਹਾਨੂੰ ਜਿੰਨੀ ਵੀ ਤੁਹਾਡੀ ਪ੍ਰੋਫਿਟ ਅਤੇ ਉਸ ਤੋਂ ਬਾਅਦ ਜਿੱਥੇ ਵੀ ਤੁਸੀਂ ਕੰਮ ਕਰਦੇ ਆ, ਕੋਈ ਵੀ ਜੋਬ ਕਰਦੇ ਆ, ਉੱਥੋਂ ਤੁਹਾਨੂੰ ਜਿੰਨੀ ਵੀ ਕਮਾਈ ਹੁੰਦੀ ਆ, ਇਹ ਦੋਨਾਂ ਨੂੰ ਪਲੱਸ ਕਰਕੇ ਫਿਰ ਜਿਹੜਾ ਆ ਇਹਨਾਂ ਦੇ ਵਿੱਚ ਟੈਕਸ ਲਗਾਇਆ ਜਾਂਦਾ। ਜਰਮਨ ਸਰਕਾਰ ਵੱਲੋਂ ਇਹ 18% ਤੋਂ ਲੈ ਕੇ 45% ਤੱਕ ਹੋ ਸਕਦਾ, ਡਿਪੈਂਡ ਤੁਹਾਡੀ ਜੋਬ 'ਤੇ ਤੁਸੀਂ ਪੈਸੇ ਕਿੰਨੇ ਕਮਾਉਂਦੇ ਆ, ਅਤੇ ਦੂਸਰਾ ਡਿਪੈਂਡ ਤੁਹਾਨੂੰ ਪ੍ਰੋਫਿਟ ਕਿੰਨਾ ਹੋਇਆ। ਉਸ ਤੋਂ ਬਾਅਦ ਸਵਾਲ ਸੀ ਨੀਓ ਸਟੋਕ ਬਾਰੇ, ਬਿਲਾਲ ਭਰਾ ਦਾ ਸਵਾਲ ਆ ਕਿ ਨੀਓ ਸਟੋਕ ਜਿਹੜਾ ਉਹ ਕਿਸ ਤਰ੍ਹਾਂ ਦਾ ਹੋ ਸਕਦਾ ਇਨ ਫਿਊਚਰ ਦੇ ਵਿੱਚ ਜੇ ਤੁਸੀਂ ਬਾਏ ਕੀਤਾ। ਸਪੈਸ਼ਲੀ ਮੇਰੇ ਕੋਲ ਜਿਹੜਾ ਨੀਓ ਸਟੋਕ ਹੈਗਾ, ਉਸ ਦੇ ਵਿੱਚ ਮੇਰੇ ਕੋਲ 2-3 ਪੋਜੀਸ਼ਨਾਂ ਅਲੱਗ ਅਲੱਗ ਰੇਟ ਦੇ ਉੱਤੇ ਮੈਂ ਬਾਏ ਕੀਤੀਆਂ ਹੋਈਆਂ ਨੇ। 2 ਪੋਜੀਸ਼ਨਾਂ ਦੇ ਵਿੱਚ ਮੈਂ ਡਾਊਨ ਚੱਲ ਰਿਹਾ, 1 ਦੇ ਵਿੱਚ ਪ੍ਰੋਫਿਟ ਦੇ ਵਿੱਚ ਚੱਲ ਰਿਹਾ, ਪਰ ਨੀਓ ਕੰਪਨੀ ਅਜੇ ਤੱਕ ਪ੍ਰੋਫਿਟੇਬਲ ਕੰਪਨੀ ਨਹੀਂ ਆ। ਇਸ ਕੰਪਨੀ ਨੇ ਇੰਨਾ ਜ਼ਿਆਦਾ ਪੈਸਾ ਨਹੀਂ ਬਣਾਇਆ, ਹਮੇਸ਼ਾ ਅਰਨਿੰਗ ਇਹਨਾਂ ਦੀ ਮਾਈਨਸ ਦੇ ਵਿੱਚ ਆ ਰਹੀ ਆ, ਪਰ ਇਹਨਾਂ ਦੇ ਫਿਊਚਰ ਦੇ ਪਲਾਨ ਬੜੇ ਤਕੜੇ ਨੇ।
ਇਹਨਾਂ ਕੋਲ ਪੈਸਾ ਬਹੁਤ ਆ, ਇਹਨਾਂ ਨੇ ਜਿਹੜੀਆਂ ਕਾਫੀ ਗੱਡੀਆਂ ਲਾਂਚ ਕਰਤੀਆਂ, ਕਾਫੀਆਂ ਜਿਹੜੇ ਯੂਰਪ ਦੇ ਵਿੱਚ ਇਹ ਲੈ ਕੇ ਗੱਡੀਆਂ ਆ ਰਹੀ ਹੈ, ਤੇ ਇਸ ਕਰਕੇ ਇਹਨਾਂ ਦਾ ਜਿਹੜਾ ਕੰਪਨੀ ਦਾ ਜਿੰਨਾ ਵੀ ਪੈਸਾ ਉਹ ਕੰਪਨੀ ਜਿਹੜੀ ਆ ਆਪਣੇ ਪ੍ਰੋਡਕਸ਼ਨ ਤੇ ਲਾ ਰਹੀ ਆ, ਆਪਣੀ ਕੰਪਨੀ ਨੂੰ ਗਰੋ ਕਰਨ ਤੇ ਲਾ ਰਹੀ ਆ। ਇਸ ਕਰਕੇ ਇਹ ਮੈਨੂੰ ਲੱਗਦਾ ਕਿ ਜਿਵੇਂ ਕਿ ਟੈਸਲਾ ਅਮੈਰੀਕਾ ਦੇ ਵਿੱਚ ਜਾਂ ਪੂਰੇ ਵਰਲਡ ਵਾਈਡ ਈਵੀ ਮੇਕਰ ਨੂੰ ਲੈ ਕੇ ਫੇਮਸ ਹੋਈ ਆ, ਤੇ ਦੂਸਰੇ ਨੰਬਰ ਤੇ ਨੀਓ ਇਦਾਂ ਦੀ ਕੰਪਨੀ ਆ ਜਿਹੜੀ ਕਿ ਬਹੁਤ ਜ਼ਿਆਦਾ ਗਰੋ ਕਰ ਸਕਦੀ ਆ, ਸਪੈਸ਼ਲੀ ਲੌਂਗ ਟਰਮ ਦੇ ਲਈ। ਮੈਨੂੰ ਲੱਗਦਾ ਕਿ ਇਹ $100-$150 ਤੇ ਚੱਲ ਜਾਣਾ ਆ, ਇਸ ਵੇਲੇ ਜਿਹੜਾ $40-$45 ਤੇ ਚੱਲਦਾ ਪਿਆ। ਉਸ ਤੋਂ ਬਾਅਦ ਵਿੱਕੀ ਬਾਲ ਦਾ ਸਵਾਲ ਸੀਗਾ ਕਿ ਇਨਵੈਸਟਮੈਂਟ ਜਿਹੜੀ ਕਡਾਨੋ ਜਾਂ ਏਡੀਏ ਦੇ ਵਿੱਚ ਕਰ ਸਕਦੇ ਹਾਂ ਜਾਂ ਨਹੀਂ ਕਰ ਸਕਦੇ। ਕਡਾਨੋ ਸਪੈਸ਼ਲੀ ਬਹੁਤ ਵਧੀਆ ਬਲੌਕ ਚੇਨ ਦੇ ਵਿੱਚ ਜਿਹੜੀ ਇਹ ਸਭ ਤੋਂ ਵਧੀਆ ਅਤੇ ਸਭ ਤੋਂ ਗੁੱਡ ਕੋਇਨ ਮੰਨਿਆ ਜਾਂਦਾ। ਦੂਸਰਾ, ਇਸ ਦੀ ਮਾਰਕੀਟ ਕੈਪ ਕਾਫੀ ਇਨਕਰੀਜ਼ ਹੋ ਰਹੀ ਆ। ਤੀਸਰਾ, ਸਭ ਤੋਂ ਜ਼ਿਆਦਾ ਇਸ ਕੋਇਨ ਨੂੰ ਜਿਹੜਾ ਲੋਕਾਂ ਨੇ ਸਟੇਕਿੰਗ ਕੀਤਾ, ਲੋਟ ਸਟੇਕਿੰਗ, ਇਸ ਨੂੰ ਲੋਕ ਬਾਏ ਕਰ ਰਹੇ ਆ। ਇਸ ਦਾ ਮੈਨੂੰ ਆਲ ਟਾਈਮ ਹਾਈ ਅਜੇ ਤੱਕ ਜਿਹੜਾ $2-$2.5 ਹੋਇਆ ਉਹ ਨਹੀਂ ਲੱਗਦਾ ਮੈਨੂੰ। ਇਸ ਦਾ ਰੇਟ $40-$50 ਜਾਂ $10 ਤੋਂ ਪਲੱਸ ਦੇਖਦਾ, $50 ਤੱਕ ਵੀ ਇਨਕਰੀਜ਼ ਹੋ ਸਕਦਾ। ਅਤੇ ਇਨ ਫਿਊਚਰ ਮੈਨੂੰ ਲੱਗਦਾ ਜਦੋਂ ਬਿਟਕੋਇਨ ਜਾਂ ਮਾਰਕੀਟ ਦਾ ਅਪ ਟ੍ਰੈਂਡ ਸਟਾਰਟ ਹੋਊਗਾ ਅਤੇ ਕਡਾਨੋ ਦਾ ਬਹੁਤ ਰੇਟ ਵੱਧ ਸਕਦਾ। ਇਹ ਕੋਇਨ ਜਿਹੜਾ ਬਹੁਤ ਵਧੀਆ ਆ, ਸਪੈਸ਼ਲੀ ਬਿਟਕੋਇਨ ਐਥੀਰੀਅਮ ਤੋਂ ਬਾਅਦ ਜਿਹੜਾ ਕਡਾਨੋ ਹੀ ਆਉਂਦਾ। ਉਸ ਤੋਂ ਬਾਅਦ ਅਗਲਾ ਸਵਾਲ ਐਮਾਜ਼ੋਨ ਦੇ ਰਿਲੇਟਡ ਗੁਰੀ ਭਰਾ ਦਾ ਸੀ ਕਿ €4.5 ਸ਼ਿਪਿੰਗ ਲੱਗਦੀ ਆ, ਕਿੱਦਾਂ ਪਤਾ ਲੱਗੂ ਕਿ ਸ਼ਿਪਿੰਗ ਫੀ ਜਿਹੜਾ ਘੱਟ ਕਿਵੇਂ ਕਰਵਾ ਸਕਦੇ ਹਾਂ, ਜਾਂ ਅਲੀਬਾਬਾ ਤੋਂ ਜਦੋਂ ਪ੍ਰੋਡਕਟ ਮੰਗਵਾਉਂਦੇ ਹਾਂ ਕਿਵੇਂ ਸ਼ਿਪਿੰਗ ਘੱਟ। ਜਿਹੜੀ ਮੈਂ ਇਹ ਵੀਡੀਓ ਪਾਈ ਸੀ ਉਸ ਦੇ ਵਿੱਚ ਮੈਂ ਦੱਸਿਆ ਸੀ ਪੂਰਾ ਸ਼ਿਪਿੰਗ ਪਲਾਨ ਕਿ ਕਿਸ ਤਰ੍ਹਾਂ ਤੁਸੀਂ ਇੱਥੇ ਫਾਇੰਡ ਕਰਨੇ ਨੇ ਪ੍ਰੋਡਕਟ, ਕਿਸ ਤਰ੍ਹਾਂ ਤੁਸੀਂ ਸੈਲਰ ਫਾਇੰਡ ਕਰਨੇ ਨੇ, ਕਿਸ ਤਰ੍ਹਾਂ ਕੰਪਨੀਆਂ ਦੇ ਨਾਲ ਕੰਟੈਕਟ ਕਰਨਾ। ਉਹਨਾਂ ਦੇ ਨਾਲ ਜਦੋਂ ਤੁਸੀਂ ਸ਼ਿਪਿੰਗ ਦੇ ਬਾਰੇ ਵਿੱਚ ਗੱਲ ਕਰਨੀ ਆ, ਕਾਫੀਆਂ ਦੀ ਸ਼ਿਪਿੰਗ ਬਹੁਤ ਜ਼ਿਆਦਾ ਹੁੰਦੀ ਆ। ਤੁਸੀਂ ਇੱਕ ਹੀ ਸੈਲਰ ਤੋਂ ਜਿਹੜਾ ਪ੍ਰੋਡਕਟ ਬਾਏ ਨਹੀਂ ਕਰਨਾ, ਤੁਸੀਂ ਘੱਟ ਤੋਂ ਘੱਟ 5-6 ਜਿਹੜੇ ਸੈਲਰ ਲੱਭੋ, ਸਾਰਿਆਂ ਦੇ ਕੋਲ ਸੇਮ ਹੀ ਤੁਹਾਡਾ ਪ੍ਰੋਡਕਟ ਹੋਵੇ, ਹਰੇਕ ਦੇ ਨਾਲ ਗੱਲ ਕਰੋ ਕਿੰਨੀ ਉਹ ਸ਼ਿਪਿੰਗ ਲੈਂਦਾ, ਅਤੇ ਜਿਹਦੇ ਵਿੱਚ ਤੁਹਾਨੂੰ ਘੱਟ ਸ਼ਿਪਿੰਗ ਲੱਗਦੀ ਆ ਉਸਦੇ ਨਾਲ ਤੁਸੀਂ ਗੱਲ ਕਰੋ, ਅਤੇ ਉਸਨੂੰ ਕਹੋ ਕਿ ਤੁਹਾਡੇ ਕੋਲ ਪਹਿਲਾਂ ਤੋਂ ਐਕਸਪੀਰੀਅੰਸ ਆ, ਜੇ ਤੂੰ ਹੋਰ ਘੱਟ ਕਰੇਗਾ ਤਾਂ ਮੈਂ ਤੁਹਾਡੇ ਤੋਂ ਪ੍ਰੋਡਕਟ ਲਊਂਗਾ। ਅਤੇ ਬਹੁਤ ਸਾਰੇ ਸੈਲਰ ਜਿਹੜੇ ਆ ਕਾਫੀ ਸ਼ਿਪਿੰਗ ਘੱਟ ਕਰ ਲੈਂਦੇ ਆ, ਤੁਹਾਨੂੰ ਸ਼ਿਪਿੰਗ ਪਲੱਸ ਪ੍ਰੋਡਕਟ ਦਾ ਰੇਟ ਲੈ ਕੇ ਵੀ ਬਹੁਤ ਸਾਰਾ ਮਾਰਜਿਨ ਬਚ ਜਾਂਦਾ ਜੇ ਐਮਾਜ਼ੋਨ ਦੇ ਉੱਤੇ ਤੁਸੀਂ ਪ੍ਰੋਡਕਟ ਸੈਲ ਕਰਦੇ। ਇਸ ਤਰ੍ਹਾਂ ਤੁਸੀਂ ਉਹਨਾਂ ਦੇ ਨਾਲ ਪਰਸਨਲੀ ਗੱਲ ਕਰਕੇ ਸ਼ਿਪਿੰਗ ਪ੍ਰਾਈਸ ਜਿਹੜਾ ਘੱਟ ਕਰ ਸਕਦੇ ਆ। ਸ਼ਿਪਿੰਗ ਜਦੋਂ ਬਹੁਤ ਜ਼ਿਆਦਾ ਪ੍ਰੋਡਕਟ ਤੁਸੀਂ ਮੰਗਵਾਉਂਦੇ ਆ ਅਤੇ ਬਹੁਤ ਘੱਟ ਲੱਗਦੀ ਹੈ, ਜਦੋਂ ਤੁਸੀਂ ਬਹੁਤ ਘੱਟ ਪ੍ਰੋਡਕਟ ਮੰਗਵਾਉਂਦੇ ਆ ਅਤੇ ਸ਼ਿਪਿੰਗ ਬਹੁਤ ਜ਼ਿਆਦਾ ਲੱਗਦੀ, ਇਸ ਦਾ ਜ਼ਰੂਰ ਧਿਆਨ ਰੱਖਿਓ। ਜ਼ਿਆਦਾ ਪ੍ਰੋਡਕਟ ਵੀ ਨਾ ਮੰਗਾਇਓ, ਬਹੁਤ ਘੱਟ ਵੀ ਨਾ ਮੰਗਾਇਓ, ਜਿੰਨੇ ਕੁ ਤੁਹਾਨੂੰ ਲੱਗਦਾ ਕਿ ਪਹਿਲੀ ਸਟਾਰਟਿੰਗ ਦੇ ਵਿੱਚ ਤੁਸੀਂ ਐਮਾਜ਼ੋਨ 'ਤੇ ਵੇਚ ਕੇ ਪ੍ਰੋਡਕਟ ਕਮਾਈ ਕਰ ਸਕਦੇ ਆ, ਉਨੇ ਹੀ ਪ੍ਰੋਡਕਟ ਮੰਗਾਇਓ, ਅਤੇ ਜਦੋਂ ਤੁਹਾਡੇ ਪ੍ਰੋਡਕਟ ਫਿਨਿਸ਼ ਹੋਣ ਦੇ ਨੇੜੇ ਹੋਣ ਦੁਬਾਰਾ ਤੁਸੀਂ ਬਾਏ ਕਰ ਸਕਦੇ ਆ ਅਤੇ ਅੱਗੇ ਪ੍ਰੋਡਕਟ ਸੈਲ ਕਰਨੇ ਸ਼ੁਰੂ ਕਰ ਸਕਦੇ। ਨੇਪੋਲੀ ਇਟਾਲੀਆ ਤੋਂ ਇੱਕ ਕੁਐਸਚਨ ਆ, ਅਕਾਊਂਟ ਵੈਰੀਫਿਕੇਸ਼ਨ ਕੇ ਲਈ ਜਿਹੜਾ ਐਮਾਜ਼ੋਨ ਆ ਉਹ ਟੈਲੀਫੋਨ ਵੀ ਕਰਦਾ, ਟੈਲੀਫੋਨ ਜਾਂ ਵੀਡੀਓ ਕਾਲ ਕੋਈ ਨਹੀਂ ਕਰਦਾ ਐਮਾਜ਼ੋਨ ਦੇ ਉੱਤੇ, ਸਿਰਫ ਉਹਨਾਂ ਨੇ ਤੁਹਾਡੇ ਜਿੰਨੇ ਵੀ ਤੁਸੀਂ ਉਹਨਾਂ ਨੂੰ ਪ੍ਰੋਵਾਈਡ ਕੀਤੇ ਨੇ ਡਾਕੂਮੈਂਟ ਉਹਨਾਂ ਦੇ ਬਾਰੇ ਵਿੱਚ ਚੈਕਿੰਗ ਹੁੰਦੀ ਆ, ਜਦੋਂ ਪ੍ਰੋਸੈਸ ਕੰਪਲੀਟ ਹੋ ਜਾਂਦਾ ਜੇ ਤੁਹਾਡੇ ਸਾਰੇ ਡਾਕੂਮੈਂਟ ਪੂਰੇ ਨੇ ਤਾਂ ਉਹ ਤੁਹਾਡਾ ਐਕਟੀਵੇਟ ਕਰ ਦਿੰਦੇ ਨੇ, ਜੇ ਨਹੀਂ ਤਾਂ ਉਹ ਤੁਹਾਨੂੰ ਦੱਸਦੇ ਨੇ ਕਿ ਕਿਹੜਾ ਡਾਕੂਮੈਂਟ ਜਿਹੜਾ ਫੇਲ ਆ, ਕਿਹੜਾ ਡਾਕੂਮੈਂਟ ਤੁਸੀਂ ਉਹਨਾਂ ਨੂੰ ਨਹੀਂ ਦਿੱਤਾ ਉਹ ਤੁਸੀਂ ਪ੍ਰੋਵਾਈਡ ਕਰ ਦਿਓ ਅਤੇ ਤੁਹਾਡਾ ਅਕਾਊਂਟ ਚੱਲ ਪੈਂਦਾ। ਇਸ ਤਰ੍ਹਾਂ ਦਾ ਕੋਈ ਸਿਸਟਮ ਨਹੀਂ ਹੈਗਾ ਕਿ ਉਹ ਵੀਡੀਓ ਕਾਲ ਕਰਨ। ਉਸ ਤੋਂ ਬਾਅਦ ਮੁਜੀਬ ਬਾਈ ਦਾ ਕੁਐਸਚਨ ਆ ਕਿ ਉਹਨਾਂ ਨੇ ਕੋਈ ਡਿਜ਼ਾਇਨ ਕਰਵਾਉਣਾ ਸਟੋਰ, ਉਸ ਦੇ ਲਈ ਉਹ ਮੇਰੇ ਨਾਲ ਰਾਬਤਾ ਕਰਨਾ ਚਾਹੁੰਦੇ ਨੇ। ਤੁਸੀਂ ਰਾਬਤਾ ਮੇਰੇ ਦੇ ਨਾਲ ਇੰਸਟਾਗ੍ਰਾਮ ਦੇ ਉੱਤੇ ਕਰ ਸਕਦੇ ਹਾਂ, ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਗੱਲ ਕਰਕੇ ਤੁਸੀਂ ਮੈਨੂੰ ਦੱਸ ਸਕਦੇ ਹਾਂ ਕਿ ਕੀ ਤੁਹਾਡਾ ਸਵਾਲ ਆ ਅਤੇ ਮੈਂ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਜ਼ਰੂਰ ਦਊਂਗਾ। ਅਗਲਾ ਸਵਾਲ ਅਤੀਬ ਮੁਗਲ ਭਰਾ ਦਾ ਆ, ਉਹ ਸਾਊਦੀ ਅਰਬੀਆ ਤੋਂ ਦੇਖ ਰਹੇ ਆ, ਉਹਨਾਂ ਨੇ ਕਿੰਨੇ ਦਾ ਥੈਂਕ ਯੂ ਕੀਤਾ ਕਿ ਤੁਸੀਂ ਜਿਹੜੀ ਵੀਡੀਓ ਪ੍ਰੋਵਾਈਡ ਕੀਤੀ ਉਸਦੇ ਕਰਕੇ ਉਹ ਸਟਾਰਟ ਕਰਨਾ ਚਾਹੁੰਦੇ ਆ। ਮੈਂ ਵੀ ਤੁਹਾਡਾ ਥੈਂਕ ਯੂ ਕਰਨਾ ਚਾਹੁੰਦਾ, ਤੁਸੀਂ ਮੇਰੀਆਂ ਵੀਡੀਓਜ਼ ਦੇਖਦੇ ਹੋ ਅਤੇ ਮੇਰਾ ਮੋਟਿਵ ਆ ਕਿ ਮੈਂ ਚੰਗੀਆਂ ਵੀਡੀਓ ਤੁਹਾਡੇ ਲਈ ਲੈ ਕੇ ਆਉਂਦਾ ਰਹਾਂ, ਜਿਹੜਾ ਮਰਜ਼ੀ ਮੇਰੇ ਕੋਲ ਟੋਪਿਕ ਜਿਨ੍ਹਾਂ ਦੇ ਬਾਰੇ ਵਿੱਚ ਮੈਂ ਕੰਮ ਕੀਤਾ ਹੋਇਆ ਉਹ ਤੁਹਾਡੇ ਨਾਲ ਸ਼ੇਅਰ ਕਰਦਾ ਰਹਿੰਦਾ। ਉਹਨਾਂ ਨੇ ਮੈਨੂੰ ਪੁੱਛਿਆ ਕਿ ਸਾਊਦੀ ਅਰਬੀਆ 'ਚ ਉਹ ਸਟਾਰਟ ਕਰ ਸਕਦੇ ਆ, ਹਾਂਜੀ ਤੁਸੀਂ ਕਿਤੇ ਵੀ ਬਹਿ ਕੇ ਜਿਹੜਾ ਐਮਾਜ਼ੋਨ ਦਾ ਕੰਮ ਸਟਾਰਟ ਕਰ ਸਕਦੇ ਆ ਅਤੇ ਉਸ ਕੰਟਰੀ 'ਚੋਂ ਬਹਿ ਕੇ ਹੋਰ ਕੰਟਰੀਆਂ ਦੀ ਮਾਰਕੀਟ ਪਲੇਸ 'ਤੇ ਵੀ ਵੇਚ ਸਕਦੇ ਆ, ਜਿਵੇਂ ਕਿ ਮੈਂ ਜਰਮਨ ਦੇ ਵਿੱਚ ਹਾਂ, ਜਰਮਨ ਤੋਂ ਮੈਂ ਅਮੈਰੀਕਾ ਦੇ ਵਿੱਚ ਵੀ ਵੇਚ ਸਕਦਾ, ਕੈਨੇਡਾ ਦੇ ਵਿੱਚ ਵੀ ਵੇਚ ਸਕਦਾ, ਜਰਮਨ ਦੇ ਵਿੱਚ ਵੀ ਵੇਚ ਸਕਦਾ। ਇਸ ਤਰ੍ਹਾਂ ਤੁਸੀਂ ਕਿਤੇ ਵੀ ਬਹਿ ਕੇ ਕਿਤੇ ਵੀ ਪ੍ਰੋਡਕਟ ਸੈਲ ਕਰ ਸਕਦੇ ਆ। ਹਰਿੰਦਰ ਸਿੰਘ ਭਰਾ ਦਾ ਕੁਐਸਚਨ ਆ ਕਿ ਫੇਸਬੁੱਕ ਐਡ ਜਿਹੜੀਆਂ ਬਲੌਕ ਕਰੀ ਜਾ ਰਹੇ ਆ, ਸ਼ੋਪੀਫਾਈ ਦੇ ਰਿਲੇਟਡ ਇਹਨਾਂ ਦਾ ਸਵਾਲ ਆ ਅਤੇ ਉਹ ਕਿਸ ਤਰ੍ਹਾਂ ਕੀਤਾ ਜਾ ਸਕਦਾ ਸੋਲਵ। ਮੈਂ ਤੁਹਾਨੂੰ ਦੱਸ ਦਿੰਦਾ ਕਿ ਸ਼ੋਪੀਫਾਈ 'ਤੇ ਜਿਹੜਾ ਅੱਜ ਕੱਲ੍ਹ ਈਜ਼ੀ ਨਹੀਂ ਰਹਿ ਗਿਆ, ਫੇਸਬੁੱਕ ਦੇ ਬਹੁਤ ਸਾਰੇ ਰੂਲ ਅਤੇ ਰੈਗੂਲੇਸ਼ਨ ਆ ਚੁੱਕੀਆਂ, ਖਾਸ ਕਰ ਜਦੋਂ ਤੁਸੀਂ ਸ਼ੋਪੀਫਾਈ ਤੋਂ ਪ੍ਰੋਡਕਟ ਡਰੋਪਸ਼ਿਪ ਦੇ ਥਰੂ ਸੈਲ ਕਰਦੇ ਹੋ।
ਉਹਦੇ ਵਿੱਚ ਤੁਸੀਂ ਕੀ ਕਰ ਸਕਦੇ ਆ, ਜੇ ਤੁਹਾਡੀਆਂ ਐਡਸ ਬਲੌਕ ਹੋਈਆਂ, ਤੁਸੀਂ ਜਿਹੜਾ ਵੀ ਆਪਣੇ ਪ੍ਰੋਡਕਟ ਦਾ ਪੇਜ ਬਣਾਉਂਦੇ ਹੋ, ਕਿਉਂਕਿ ਕੋਈ ਵੀ ਪ੍ਰੋਡਕਟ ਤੁਸੀਂ ਸੈੱਲ ਕਰਨਾ ਉਹਦੇ ਰਿਲੇਟਡ ਤੁਸੀਂ ਪੇਜ ਬਣਾਉਂਦੇ ਹੋ ਪਹਿਲਾਂ, ਉਸ ਪੇਜ ਨੂੰ ਥੋੜ੍ਹਾ ਜਿਹਾ ਤੁਸੀਂ ਪੁਰਾਣਾ ਹੋਣ ਦਿਓ, ਤੁਸੀਂ 2-4 ਦਿਨ 10 ਦਿਨ ਜਿਹੜਾ ਉਹਦੇ 'ਤੇ ਪੋਸਟ ਰੈਗੂਲਰਲੀ ਕਰੋ, ਅਤੇ ਆਪਣੇ ਫਰੈਂਡਸ ਸਰਕਲ ਦੇ ਵਿੱਚ ਜਿਹੜੇ ਲੋਕਾਂ ਨੂੰ ਤੁਸੀਂ ਇਨਵੀਟੇਸ਼ਨ ਭੇਜੋ, ਉਹਦੇ ਨਾਲ ਤੁਹਾਡੇ ਪੇਜ 'ਤੇ ਜਦੋਂ ਥੋੜ੍ਹੇ ਜਿਹੇ ਲਾਈਕਸ ਆ ਜਾਣ 25-30, ਉਸ ਦੇ ਨਾਲ ਜਿਹੜਾ ਤੁਹਾਡਾ ਪੇਜ ਜੈਨੂਅਨ ਲੱਗਦਾ। ਦੂਸਰਾ, ਤੁਸੀਂ ਮਾਸਟਰ ਕਾਰਡ ਜਿਹੜਾ ਰੈਗੂਲਰਲੀ ਯੂਜ਼ ਕਰਦੇ ਹੋ ਤੁਹਾਡੇ ਨਾਮ ਦਾ, ਉਹੀ ਤੁਸੀਂ ਯੂਜ਼ ਕਰੋ। ਅਤੇ ਤੀਸਰਾ, ਜਦੋਂ ਤੁਹਾਡਾ ਪ੍ਰੋਡਕਟ ਉਹਦੇ 'ਤੇ ਤੁਸੀਂ ਸੈੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਹਿਲਾਂ ਉਸ ਦੇ ਬਾਰੇ ਵਿੱਚ ਕੁਝ ਪੋਸਟਾਂ ਜ਼ਰੂਰ ਪਾਓ। ਉਸ ਦੇ ਨਾਲ ਜਦੋਂ ਤੁਸੀਂ ਪ੍ਰੋਡਕਟ ਦੀ ਐਡ ਲਗਾਓਗੇ, ਕਿਸੇ ਪ੍ਰੋਡਕਟ ਦੀ ਤੁਸੀਂ ਚੋਰੀ ਐਡ ਨਾ ਲਗਾਓ, ਕਿਸੇ ਨੇ ਪਹਿਲਾਂ ਉਹ ਪ੍ਰੋਡਕਟ ਪ੍ਰਮੋਟ ਕੀਤਾ ਹੋਵੇ, ਸੇਮ ਹੀ ਤੁਸੀਂ ਉਹ ਜਿਹੜੀ ਹੈ ਐਡ ਨਾ ਲਗਾਓ। ਤੁਸੀਂ ਆਪਣੀ ਆਪ ਐਡ ਬਣਾ ਸਕਦੇ ਹਾਂ, ਕਨਵਾ 'ਤੇ ਬਣਾ ਸਕਦੇ ਹਾਂ, ਜਾਂ ਕਿਸੇ ਤੋਂ ਬਣਵਾ ਸਕਦੇ ਹਾਂ 5-7 ਯੂਰੋ ਦੇ ਵਿੱਚ। ਉਸ ਐਡ ਨੂੰ ਹੀ ਪ੍ਰਮੋਟ ਕਰੋ, ਅਤੇ ਉਹ ਜਦੋਂ ਐਡ ਤੁਸੀਂ ਲਗਾਉਂਦੇ ਹਾਂ, ਤੁਹਾਡਾ ਪੇਜ ਵੀ ਜੈਨੂਅਨ ਲੱਗਦਾ, ਅਤੇ ਤੁਹਾਡੀ ਐਡ ਰੈਗੂਲਰੀ ਚੱਲਣ ਲੱਗ ਪੈਂਦੀ ਹੈ। ਸਭ ਤੋਂ ਜ਼ਿਆਦਾ ਇਹੀ ਪ੍ਰੋਬਲਮ ਆ ਨਵੇਂ ਅਕਾਊਂਟਸ ਦੇ ਵਿੱਚ, ਫੇਸਬੁੱਕ ਛੇਤੀ ਅੱਜ ਕੱਲ੍ਹ ਐਡਸ ਨਹੀਂ ਲਗਾ ਰਿਹਾ। ਨਵੀਨ ਅਖਤਰ ਦਾ ਸਵਾਲ ਆ ਕਿ ਬੈਟ ਦੇ ਰਿਲੇਟਡ ਵੀਡੀਓ ਬਣਾਓ, ਕੁਐਸਚਨ ਆ ਉਹਨਾਂ ਦੀ ਕੰਪਨੀ ਰਜਿਸਟਰ ਕਰਨੀ ਪੈਂਦੀ ਆ, ਯੂਰਪ 'ਚ ਫਿਰ ਸੈੱਲ ਕਰਨੇ ਪੈਂਦੇ ਆ ਸ਼ੋਪੀਫਾਈ 'ਤੇ ਜਾਣ ਦੀ। ਜਦੋਂ ਤੁਸੀਂ ਸ਼ੋਪੀਫਾਈ 'ਤੇ ਕੋਈ ਵੀ ਪ੍ਰੋਡਕਟ ਸੈੱਲ ਕਰਨਾ, ਤੁਸੀਂ ਕੋਈ ਵੀ ਕੰਪਨੀ ਰਜਿਸਟਰ ਨਹੀਂ ਕਰਵਾਉਣੀ। ਜੇ ਤੁਸੀਂ ਜਰਮਨ ਦੇ ਵਿੱਚ ਹੋ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ ਹੋ, ਸਿਰਫ ਉੱਥੇ ਦੇ ਰੂਲ ਹੁੰਦੇ ਆ, ਉੱਥੇ ਤੁਸੀਂ ਉਹਨਾਂ ਦੇ ਜਿਹੜੇ ਵੀ ਆਫਿਸ ਹੁੰਦੇ ਆ ਉੱਥੇ ਜਾ ਕੇ ਤੁਸੀਂ ਆਪਣੇ ਆਪ ਨੂੰ ਰਜਿਸਟਰ ਕਰਨਾ ਕਿ ਕਿਹੜਾ ਤੁਸੀਂ ਸਮਾਲ ਬਿਜ਼ਨਸ ਕਰਨਾ, ਵੱਡਾ ਬਿਜ਼ਨਸ ਕਰਨਾ। ਕੋਈ ਵੀ ਬਿਜ਼ਨਸ ਦੇ ਇੱਥੇ ਟਾਈਪਸ ਹੁੰਦੇ ਨੇ, ਉਹ ਤੁਸੀਂ ਰਜਿਸਟਰ ਕਰਵਾਓ। ਉਸ ਤੋਂ ਬਾਅਦ ਜੇ ਤੁਸੀਂ ਕੰਪਨੀ ਦਾ ਨਾਮ ਵੀ ਲਿਖਾ ਲੈਂਦੇ ਆ, ਉਹ ਵੀ ਠੀਕ ਆ। ਨਹੀਂ ਲਿਖਾਉਣਾ, ਤੁਸੀਂ ਐਜ਼ ਏ ਸਮਾਲ ਬਿਜ਼ਨਸਮੈਨ, ਐਜ਼ ਏ ਸਮਾਲ ਬਿਜ਼ਨਸ ਰਜਿਸਟਰ ਕਰਵਾ ਦਿਓ। ਉਸ ਤੋਂ ਬਾਅਦ ਸ਼ੋਪੀਫਾਈ 'ਤੇ ਤੁਸੀਂ ਆਪਣਾ ਸਟੋਰ ਬਣਾਓ, ਅਤੇ ਤੁਸੀਂ ਪ੍ਰੋਡਕਟ ਵੇਚਣੇ ਸ਼ੁਰੂ ਕਰ ਸਕਦੇ ਆ। ਕੋਈ ਤੁਹਾਨੂੰ ਸਪੈਸ਼ਲੀ ਲੋੜ ਨਹੀਂ ਕਿ ਕੋਈ ਕੰਪਨੀ ਨੂੰ ਤੁਸੀਂ ਰਜਿਸਟਰ ਹੀ ਕਰਵਾਉਣਾ, ਤੁਸੀਂ ਸਿਰਫ ਆਪਣੇ ਆਪ ਨੂੰ ਰਜਿਸਟਰ ਕਰਵਾਓ ਕਿ ਤੁਸੀਂ ਬਿਜ਼ਨਸ ਕਰਦੇ ਹੋ। ਇਹ ਜ਼ਰੂਰੀ ਆ, ਇਹ ਦੱਸੇ ਤੋਂ ਬਿਨਾਂ ਤੁਸੀਂ ਕੋਈ ਵੀ ਔਨਲਾਈਨ ਕੰਮ ਨਹੀਂ ਕਰ ਸਕਦੇ। ਆਈ ਹੋਪ ਤੁਹਾਡੇ ਲਈ ਇਹ ਹੈਲਪਫੁਲ ਹੋਵੇਗੀ, ਅਤੇ ਤੁਸੀਂ ਸੈੱਲ ਕਰਨੇ ਸਟਾਰਟ ਕਰ ਸਕਦੇ ਹੋ। ਉਸ ਤੋਂ ਬਾਅਦ ਇੱਕ ਸਵਾਲ ਹੋਰ ਕਿ ਐਮਾਜ਼ੋਨ ਦੇ ਵੇਅਰ ਹਾਊਸ ਦੇ ਵਿੱਚ ਪ੍ਰੋਡਕਟ ਕਿਵੇਂ ਜਾਂਦੇ ਨੇ, ਐਡਰੈਸ ਕਿੱਥੋਂ ਮਿਲਦਾ, ਅਤੇ ਐਮਾਜ਼ੋਨ ਖੁਦ ਤੁਹਾਨੂੰ ਕਿਵੇਂ ਪ੍ਰੋਵਾਈਡ ਕਰਦਾ। ਜਦੋਂ ਤੁਸੀਂ ਐਮਾਜ਼ੋਨ 'ਤੇ ਪ੍ਰੋਡਕਟ ਵੇਚਣੇ, ਤੁਸੀਂ ਪ੍ਰੋਡਕਟ ਤੋਂ ਪਹਿਲਾਂ ਪ੍ਰੋਡਕਟ ਸਰਚ ਕਰਨਾ, ਜਿਹੜੇ ਵੀ ਤੁਹਾਡੇ ਸੈਲਰ ਤੋਂ ਤੁਸੀਂ ਪ੍ਰੋਡਕਟ ਦੇ ਬਾਰੇ ਵਿੱਚ ਪੂਰੀ ਡਿਟੇਲ ਹੋ ਗਈ, ਉਸ ਦੇ ਨਾਲ ਤੁਹਾਡੀ ਗੱਲ ਹੋ ਗਈ ਕਿ ਸ਼ਿਪਿੰਗ ਕਿੰਨੀ ਆ, ਉਸ ਤੋਂ ਬਾਅਦ DDP ਜਿਹੜੀ ਸ਼ਿਪਿੰਗ ਤੁਸੀਂ ਲੈ ਸਕਦੇ ਆ ਡਾਇਰੈਕਟ ਜਿਹੜੇ ਐਮਾਜ਼ੋਨ ਦੇ ਵੇਅਰ ਹਾਊਸ 'ਚ ਜਾਣਗੇ, ਕਿਤੇ ਵੀ ਪ੍ਰੋਡਕਟ ਜਿਹੜਾ ਕਸਟਮ ਦੇ ਵਿੱਚ ਨਹੀਂ ਰੁਕੇਗਾ, ਤੁਸੀਂ ਪਹਿਲੇ ਹੀ ਸਾਰਾ ਕੁਛ ਆਪਣੇ ਸੈਲਰ ਨੂੰ ਪੇ ਕਰ ਦਿੰਦੇ ਆ। ਉਸ ਤੋਂ ਬਾਅਦ ਹੁੰਦਾ ਕੀ ਆ, ਜਦੋਂ ਤੁਸੀਂ ਐਮਾਜ਼ੋਨ ਦੇ ਉੱਤੇ ਜਾਂਦੇ ਹੋ, ਉਸ ਦੇ ਉੱਤੇ ਆਪਣੇ ਪ੍ਰੋਡਕਟ ਦੀ ਲਿਸਟਿੰਗ ਕਰਦੇ ਹੋ, ਨਾਮ ਲਿਖਦੇ ਹੋ, UPC ਕੋਡ ਦਿੰਦੇ ਹੋ, ਤੁਹਾਡੇ ਸਾਰਾ ਕੁਛ ਫਾਈਨਲ ਹੋ ਗਿਆ। ਉਸ ਤੋਂ ਬਾਅਦ ਤੁਸੀਂ ਕਰਨਾ ਕੀ ਆ, ਐਮਾਜ਼ੋਨ ਦੇ ਉੱਤੇ ਜਾਣਾ, ਐਮਾਜ਼ੋਨ ਦੇ ਉੱਤੇ ਪ੍ਰੋਡਕਟ ਦੀ ਤੁਸੀਂ ਲਿਸਟਿੰਗ ਕਰਨ ਦੇ ਲਈ ਸਾਰੀ ਕੁਛ ਡਿਟੇਲ ਦੇਣੀ ਆ। ਜਦੋਂ ਤੁਸੀਂ ਡਿਟੇਲ ਦਿੰਦੇ ਹੋ, ਸਾਰਾ ਕੁਛ ਫਿਲ ਕਰਦੇ ਹੋ, ਫਾਈਨਲ ਦੇ ਵਿੱਚ ਜਿਹੜਾ ਐਮਾਜ਼ੋਨ ਆਪਣਾ ਵੇਅਰ ਹਾਊਸ ਦਾ ਜਿਹੜਾ ਐਡਰੈਸ ਦਿੰਦਾ, ਜਦੋਂ ਤੁਹਾਡੇ ਪ੍ਰੋਡਕਟ ਸਾਰੇ ਹੀ ਆ ਜਾਂਦੇ ਆ, ਉਹ ਦੱਸਦਾ ਕਿ ਕਿਹੜੇ ਐਮਾਜ਼ੋਨ ਦੇ ਵੇਅਰ ਹਾਊਸ 'ਚ ਤੁਹਾਡੇ ਕਿੰਨੇ ਪ੍ਰੋਡਕਟ ਜਾਣਗੇ। ਤੁਸੀਂ ਇੱਕ ਵੀ ਚੂਜ਼ ਕਰ ਸਕਦੇ ਹੋ, ਸੈਟਿੰਗ ਕਰਨੀ ਪੈਂਦੀ ਆ ਕਿ ਕਿੱਦਾਂ ਕਿਸ ਤਰ੍ਹਾਂ ਪ੍ਰੋਡਕਟ ਤੁਸੀਂ ਘੱਟ ਵੱਧ ਕਰਕੇ ਇੱਕੇ ਵੇਅਰ ਹਾਊਸ ਭੇਜ ਸਕਦੇ ਹੋ। ਉਹ ਵੇਅਰ ਹਾਊਸ ਦਾ ਐਡਰੈਸ ਹੁੰਦਾ ਉਹਦੇ 'ਤੇ, ਉਹ ਐਡਰੈਸ ਜਿਹੜਾ ਤੁਸੀਂ ਆਪਣੇ ਸੈਲਰ ਨੂੰ ਦੇਣਾ, ਉਹ ਤੁਸੀਂ ਆਪਣੀ ਈਮੇਲ ਦੇ ਥਰੂ ਜਾਂ ਜੇ ਤੁਸੀਂ ਔਨਲਾਈਨ ਉਹਦੇ ਨਾਲ ਗੱਲ ਕਰਦੇ ਹੋ, ਉਹਨੂੰ ਤੁਸੀਂ ਭੇਜਦਾ, ਉਹ ਸੈਲਰ ਪ੍ਰਿੰਟ ਕਰਦਾ ਅਤੇ ਉਸ ਤਰ੍ਹਾਂ ਉਹ ਉੱਪਰ ਬਾਕਸ 'ਤੇ ਲਗਾ ਕੇ ਅਤੇ ਐਮਾਜ਼ੋਨ ਦੇ ਵੇਅਰ ਹਾਊਸ ਭੇਜ ਦਿੰਦਾ। ਅਤੇ ਦੂਸਰਾ ਜਿਹੜਾ ਪ੍ਰੋਡਕਟ ਦੇ ਉੱਤੇ ASIN ਨੰਬਰ ਲੱਗਦਾ, ਜਿਹਨੂੰ ਬਾਰ ਕੋਡ ਆਪਾਂ ਕਹਿ ਦਿੰਦੇ ਹਾਂ, ਉਹ ਤੁਹਾਡੇ ਪ੍ਰੋਡਕਟ ਦਾ ਨਾਮ ਥੱਲੇ ਲਿਖਿਆ ਹੁੰਦਾ, ਉੱਪਰ ਬਾਰ ਕੋਡ ਹੁੰਦਾ, ਜਿਹਦੇ ਨਾਲ ਐਮਾਜ਼ੋਨ ਨੂੰ ਪਤਾ ਲੱਗਦਾ ਕਿ ਤੁਹਾਡਾ ਪ੍ਰੋਡਕਟ ਇਹ ਆ। ਉਹ ਪ੍ਰੋਡਕਟ ਦੇ ਲਈ ASIN ਨੰਬਰ ਜਿਹੜਾ ਐਮਾਜ਼ੋਨ ਹੀ ਪ੍ਰੋਵਾਈਡ ਕਰਦਾ, ਉਹ ਇੱਕ ਪ੍ਰਿੰਟ ਦੇ ਰੂਪ ਵਿੱਚ ਹੁੰਦਾ ਅਤੇ ਉਸਦੇ ਉੱਤੇ ਬਹੁਤ ਸਾਰੇ ਬਾਰ ਕੋਡ ਬਣੇ ਹੁੰਦੇ ਆ, ਤੁਸੀਂ ਉਸਦਾ ਸਾਈਜ਼ ਚੂਜ਼ ਕਰ ਸਕਦੇ ਹੋ, 40x40, 32x32, ਇਸ ਤਰ੍ਹਾਂ ਛੋਟਾ ਵੱਡਾ ਕਰ ਸਕਦੇ ਹੋ। ਉਹ ਵੀ ਤੁਸੀਂ PDF ਦੇ ਥਰੂ ਆਪਣੇ ਜਿਹੜੇ ਸੈਲਰ ਨੂੰ ਭੇਜ ਦੇਣਾ, ਉਹ ਜਿਹੜਾ ਤੁਹਾਡੇ ਪ੍ਰੋਡਕਟ ਦੇ ਉੱਤੇ ਲਗਾ ਦਿੰਦਾ। ਮੇਨ ਇੱਕੇ ਜਿਹੜਾ ਪ੍ਰੋਡਕਟ ਦੇ ਉੱਤੇ ਇੱਕੇ ਰਸੀਦ ਲੱਗਦੀ ਹੈ, ਜਿਹਦੇ 'ਤੇ ਐਡਰੈਸ ਤੁਹਾਡੇ ਐਮਾਜ਼ੋਨ ਦੇ ਵੇਅਰ ਹਾਊਸ ਦਾ ਅਤੇ ਉਸ ਸੈਲਰ ਦਾ ਲਿਖਿਆ ਹੁੰਦਾ। ਉਸ ਤੋਂ ਬਾਅਦ ਤੁਸੀਂ ਐਮਾਜ਼ੋਨ ਦੇ ਉੱਤੇ ਲਿਸਟਿੰਗ ਕਰਦੇ ਹੋ, ਪੂਰੀ ਪ੍ਰੋਵਾਈਡ ਕਰ ਦਿੰਦੇ ਹੋ ਕਿ ਕਿਸ ਸ਼ਿਪਿੰਗ ਦੇ ਥਰੂ ਤੁਹਾਡਾ ਪ੍ਰੋਡਕਟ ਆਏਗਾ, ਕਿਹੜਾ ਉਸਦਾ ਸ਼ਿਪਿੰਗ ਪਲੈਨ ਆ, ਕਿਹੜੀ ਕੰਪਨੀ ਆ, ਉਸ ਤੋਂ ਬਾਅਦ ਕਿਹੜੇ ਵੇਅਰ ਹਾਊਸ 'ਚ ਜਾਊਗਾ, ਕੀ ਸੈਲਰ ਦਾ ਨਾਮ ਆ, ਅਤੇ ਤੁਹਾਡਾ ਐਮਾਜ਼ੋਨ ਦੇ ਵੇਅਰ ਹਾਊਸ 'ਚ ਜਦੋਂ ਪ੍ਰੋਡਕਟ ਪਹੁੰਚ ਜਾਂਦੇ ਆ, ਅਤੇ ਐਮਾਜ਼ੋਨ ਦੇ ਵੱਲੋਂ ਹੀ ਤੁਹਾਨੂੰ ਪ੍ਰੋਵਾਈਡ ਕੀਤੀ ਜਾਂਦੀ ਹੈ ਈਮੇਲ। ਇਸ ਤਰ੍ਹਾਂ ਐਮਾਜ਼ੋਨ ਜਾਂ ਤੁਹਾਡੇ ਸੈਲਰ ਦੇ ਦੋਨਾਂ ਦੇ ਵਿੱਚ ਹੀ ਗੱਲਬਾਤ ਦਾ ਸਿਸਟਮ ਚੱਲਦਾ ਇਹ। ਐਮਾਜ਼ੋਨ ਤੋਂ ਤੁਹਾਨੂੰ ASIN ਨੰਬਰ, ਐਮਾਜ਼ੋਨ ਤੋਂ ਹੀ ਤੁਹਾਨੂੰ ਜਿਹੜੇ ਆ ਪ੍ਰੋਡਕਟ ਦੀ ਡਿਟੇਲ, ਐਮਾਜ਼ੋਨ ਤੋਂ ਹੀ ਤੁਹਾਨੂੰ ਐਮਾਜ਼ੋਨ ਦਾ ਜਿਹੜਾ ਵੇਅਰ ਹਾਊਸ ਦਾ ਐਡਰੈਸ ਆ ਮਿਲਦਾ, ਅਤੇ ਉਸ ਤੋਂ ਬਾਅਦ ਤੁਸੀਂ ਸੈਲਰ ਨੂੰ ਪ੍ਰੋਵਾਈਡ ਕਰਦੇ ਆ, PDF ਵੀ ਪ੍ਰੋਵਾਈਡ ਕਰਦੇ ਆ ਉੱਪਰ ਲਗਾ ਕੇ, ਉਹ ਡਾਇਰੈਕਟ ਜਿਹੜਾ ਐਮਾਜ਼ੋਨ ਦੇ
इस तरह थोड़े प्रोडक्ट जिहड़े आ Amazon दे वेयर हाउस दे विच पहुंच जांदे। उस तो बाद लास्ट सवाल बिलाल अब्बास दा, उन्होंने होल्ड किया न्यू स्टॉक ते लाइटकॉइन, इन्हां दोनों नूं उन्होंने होल्ड करना चाहीदा जां नहीं? स्पैशली मेरे को लाइटकॉइन भी हैगा नियो भी हैगा ते मैनू लगदा कि लोंग टर्म दे विच बहुत वधिया जा सकदे। स्पैशली लाइटकॉइन नूं बिटकॉइन का फॉरक किया जाता है, तो नियो स्टॉक मैं लगता कि इन फ्यूचर जो कंपनी बहुत ज़्यादा प्रॉफिट के जान लगेगी, जिस तरह इन्हों सेल्स आ रही, सेल्स बहुत बढ़ रही, इन्हों गड्डियां बहुत बिक रही, इन्हों की प्रोडक्शन भी बढ़ रही, चिप इन्हों की शॉर्टेज हर एक ईवी कंपनी को आ रही है, पर इन फ्यूचर मैं लगता कि बहुत सारी लोंग टर्म के साल डेढ़ साल के बहुत वधिया यह कंपनी प्रॉफिट बनावेगी, जिमें कि टैसला बना रही है। तो लोंग टर्म के जो तुम होल्डर हो तो तुम्हें कोई डरन की लड़ नहीं, डॉलर कॉस्ट एवरेज करते रहो, हमेशा अपने पोर्टफोलियो में ग्रो करो। तो ये सारे सवाल सन Amazon के रिलेटिड, Shopify ट्रेडिंग या क्रिप्टो के रिलेटिड। आई होप जिन्हें भी ये सवाल से उन्होंने मैं पूरी कोशिश की है सवालों के जवाब देने की, तो मैं लगता कि यह थोड़े लिए हेल्पफुल हो सकते हैं। वीडियो लाइक जरूर कर दियो, जे तुम मेरे चैनल पर नवे हो चैनल सबसक्राइब कर लियो, वीडियो देखने के लिए धन्यवाद।